ਵੀ ਚਿੱਟਾ ਨਹੀਂ ਮਿਲਿਆ ਸਾਨੂੰ ਖੇਤੋਂ ਫੋਨ ਕਰਕੇ ਸੱਦ ਲਿਆ ਮੇਰੇ ਕੋਲ 200 ਰੁਪਈਆ ਸੀ ਮੈਂ ਕਹਿੰਦਾ ਵੀ ਮੇਰੇ ਕੋਲ 200 ਵੀ ਮੈਂ ਘਰੇ ਆਟਾ ਲਿਆਵਾਂ ਕਿ ਮੈਂ ਤੈਨੂੰ ਦੇਵਾਂ ਵੀ ਬਾਹਰ ਲੱਗਿਆ ਪਿਆ ਗਾ ਸਾਨੂੰ ਬਾਹਰ ਨਹੀਂ ਖੋਲ੍ਹਿਆ ਮੈਂ ਫਿਰ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਉਹ ਕਹਿੰਦੇ ਅਸੀਂ ਵਿਹਲੇ ਨਹੀਂ ਤੁਹਾਡੇ ਵਾਸਤੇ ਬਾਈ ਕਿੰਨਾ ਮੇਰੀਆਂ ਚੀਜ਼ਾਂ ਬਣੀਆਂ ਹੋਈਆਂ ਸੀ ਇਕੱਲੀ ਇਕੱਲੀ ਚੀਜ਼ ਵੇਚ ਗਿਆ ਸੀ ਮਾਨਸਾ ਵਿੱਚ ਨਸ਼ੇ ਦਾ ਆਦੀ 26 ਸਾਲਾ ਨੌਜਵਾਨ ਅਮਨਦੀਪ ਸਿੰਘ ਨਸ਼ਾ ਨਾ ਮਿਲਣ ਕਾਰਨ ਘਰ ਵਿੱਚ ਹੀ ਫਾਹਾ ਲੈ ਕੇ ਆਪਣੇ ਆਪ ਨੂੰ ਖਤਮ ਕਰ ਗਿਆ। ਘਰ ਵਾਲਿਆਂ ਦਾ ਕਹਿਣਾ ਹੈ ਕਿ ਨੌਜਵਾਨ ਨੇ ਨਸ਼ੇ ਕਾਰਨ ਆਪਣੇ ਘਰ ਦਾ ਸਾਰਾ ਸਮਾਨ ਵੇਚ ਦਿੱਤਾ ਸੀ ਅਤੇ ਹੁਣ ਪੈਸੇ ਦੀ ਤੰਗੀ ਅਤੇ ਨਸ਼ੇ ਦੀ ਤੋੜ ਕਾਰਨ ਨੌਜਵਾਨ ਨੇ ਪੱਖੇ ਨਾਲ ਲੜ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਦਾ ਨਾਮ ਅਮਨਦੀਪ ਸਿੰਘ ਸੀ। ਮ੍ਰਿਤਕ ਨੌਜਵਾਨ ਦੀ ਪਤਨੀ ਗੁਰਵਿੰਦਰ ਕੌਰ ਨੇ ਦੱਸਿਆ ਕਿ ਉਸਦਾ ਪਤੀ ਉਹਨਾਂ ਨਾਲ ਨਸ਼ਾ ਕਰਕੇ ਕੁੱਟਮਾਰ ਕਰਦਾ ਸੀ। ਨਾਲ ਹੀ ਉਸਨੇ ਦੱਸਿਆ ਕਿ ਉਹ ਉਸਦੇ ਘਰ ਦਾ ਸਾਰਾ ਸਮਾਨ ਨਸ਼ੇ ਵਿੱਚ ਵੇਚ ਕੇ ਖਾ ਗਿਆ, ਜਿਸ ਵਿੱਚ ਉਸਦੀਆਂ ਚੂੜੀਆਂ, 2 ਗੱਡੀਆਂ ਅਤੇ ਹੋਰ ਕੀਮਤੀ ਸਮਾਨ ਸੀ। ਉਹ ਬਈ ਚਿੱਟੇ ਦੇ ਟੀਕੇ ਲਾਉਂਦਾ ਸੀ, ਚਿੱਟਾ ਨਹੀਂ ਉਹਨੂੰ ਮਿਲਿਆ ਗਾ, ਜੋ ਚਿੱਟਾ ਨਹੀਂ ਮਿਲਿਆ ਸਾਨੂੰ ਖੇਤੋਂ ਫੋਨ ਕਰਕੇ ਸੱਦ ਲਿਆ ਮੇਰੇ ਕੋਲ 200 ਰੁਪਈਆ ਸੀ ਮੈਂ ਕਹਿੰਦਾ ਵੀ ਮੇਰੇ ਕੋਲ 200 ਵੀ ਮੈਂ ਘਰੇ ਆਟਾ ਲਿਆਵਾਂ ਕਿ ਮੈਂ ਤੈਨੂੰ ਦੇਵਾਂ। ਉਹ ਵੀ 200 ਰੁਪਈਆ ਲੈ ਕੇ ਇੱਥੇ ਫਿਰਦਾ ਰਿਹਾ, ਪਤਾ ਹੀ ਨਹੀਂ ਬਈ ਕੀ ਨਸ਼ਾ ਕੀਤਾ, ਸਾਨੂੰ ਆਉਂਦਿਆਂ ਨੂੰ ਕੁੱਟਣ ਲੱਗ ਗਿਆ, ਜੋ ਕੁੱਟ ਸਾਨੂੰ ਘਰੋਂ ਕੁੱਟ ਕੇ ਕੁੜੀ ਨੂੰ ਅਤੇ ਮੈਨੂੰ ਅਤੇ ਮੁੜ ਕੇ ਬਈ ਸਾਨੂੰ ਬਾਹਰ ਕੱਢ ਕੇ ਬਾਹਰ ਡਾਲਿਆ। ਮੈਂ ਪੁਲਿਸ ਮੁਲਾਜ਼ਮਾਂ ਨੂੰ ਫੋਨ ਕੀਤਾ 112 ਨੰਬਰ 'ਤੇ, ਅਤੇ ਉਹ ਰਾਤ ਨੂੰ ਘੇਰ ਆ ਕੇ ਮੌਕਾ ਦੇ ਕੇ ਬਾਹਰ ਖਿਲਾਏ ਨੇ, ਬਾਹਰ ਨਹੀਂ ਖੋਲ੍ਹਿਆ। ਜਦੋਂ ਤੜਕੇ ਮੈਂ ਆ ਕੇ ਗੇਟ ਥਲ ਦੀ ਦੇਖ ਕੇ ਵੀ ਬਾਹਰ ਲੱਗਿਆ ਪਿਆ ਗਾ ਸਾਨੂੰ ਬਾਹਰ ਨਹੀਂ ਖੋਲ੍ਹਿਆ, ਮੈਂ ਫਿਰ ਪੁਲਿਸ ਵਾਲਿਆਂ ਨੂੰ ਫੋਨ ਕੀਤਾ, ਉਹ ਕਹਿੰਦੇ ਅਸੀਂ ਵਿਹਲੇ ਨਹੀਂ ਤੁਹਾਡੇ ਵਾਸਤੇ। ਅਤੇ ਫਿਰ ਮੈਂ 12 ਨੰਬਰ 'ਤੇ ਫੋਨ ਕੀਤਾ ਅਤੇ ਉਹ ਕਹਿੰਦੇ ਭਾਈ ਤੂੰ ਲਿਖਿਆ ਕੇ ਆ ਥਾਣੇ 'ਚ, ਤਾਂ ਥਾਣੇ 'ਚ ਲਿਖਿਆ ਕੇ ਆਈ ਹਾਂ। ਮੈਨੂੰ ਕਹਿੰਦੇ ਪੁਲਿਸ ਵਾਲੇ ਕਹਿੰਦੇ ਸੀ ਭਾਈ ਪੁਲ ਥੱਲੇ ਆ ਵੀ ਤੂੰ ਆ ਜਾ। ਜਦੋਂ ਮੈਂ ਪੁਲ ਥੱਲੇ ਆਈ ਮੈਂ ਆ ਕੇ ਫੋਨ ਲਾਇਆ ਕਿਸੇ ਤੋਂ ਲਵਾਇਆ ਅਤੇ ਕਹਿੰਦੇ ਭਾਈ ਅਸੀਂ ਤੇਰੇ ਘਰ ਪਹੁੰਚ ਗਏ। ਮੈਨੂੰ ਜਦੋਂ ਮੈਂ ਘਰ ਆਈ ਮੇਰੇ ਤਾਂ ਆਉਂਦਿਆਂ ਨੇ ਮੈਨੂੰ ਗਲੀ 'ਚ ਹੀ ਬਹਾ ਲਿਆ, ਕਹਿੰਦੇ ਭਾਈ ਇੱਥੇ ਬਹਿ ਜਾ ਤੇਰੇ ਘਰ ਵਾਲਾ ਸੁੱਤਾ ਪਿਆ। ਹੁਣ ਆਪ ਨੂੰ ਬਈ ਆਪ ਕਿਹੜਾ ਨਿਆਣੇ ਆ ਪਤਾ ਹੀ ਹੈਗਾ ਵੀ ਸੁੱਤਾ ਤਾਂ ਕਾਹਨੂੰ ਸੀ। ਮੈਂ ਕਿਹਾ ਮੈਨੂੰ ਇੱਕ ਵਾਰੀ ਦੇਖਤਾ ਲੈਣ ਦਿਉ। ਜਦੋਂ ਦੇਖਿਆ ਵੀ ਮੇਰੇ ਆਉਂਦੀ ਨੂੰ ਲੌਂਕੀ ਜਾਂਦਾ ਸੀਗਾ। ਬਈ ਜਿੰਨਾ ਮੇਰੀਆਂ ਚੀਜ਼ਾਂ ਬਣੀਆਂ ਹੋਈਆਂ ਸੀ ਇਕੱਲੀ ਇਕੱਲੀ ਚੀਜ਼ ਵੇਚ ਗਿਆ ਸੀਗਾ। ਪਤਾ ਮੈਂ ਕਿਸੇ ਤੋਂ ਕਿਸੇ 'ਚ ਮੇਰੀਆਂ ਚੀਜ਼ਾਂ ਚੂੜੀ ਗਹਿਣੇ ਧਰਤੀ ਕਦੇ ਉਹਨੇ ਕਦੇ 'ਚ ਸੂਈਆਂ ਗਹਿਣੇ ਧਰਤੀਆਂ ਚੱਕ ਚੱਕ ਇਕੱਲੀ ਇਕੱਲੀ ਚੀਜ਼ ਵੇਚਤੀ ਸੀ। ਕੜਾ ਸੀ ਉਹ ਵੇਚਤਾ, 2 ਗੱਡੀਆਂ ਸੀ ਬਈ ਸਾਡੇ ਦੋਨੇ ਗੱਡੀਆਂ ਵੇਚੀਆਂ ਨਹੀਂ। ਇੱਕ ਗੱਡੀ ਤਾਂ ਮੇਰੇ ਪੇਕੀ ਵੇਚੀ, ਇੱਕ ਗੱਡੀ ਮੇਰੀ ਸੱਸ ਨੇ ਲੈ ਲਈ ਸੀ ਆਪਦੇ ਭਤੀਜੇ ਨੂੰ ਦਵਾਤੀ ਸੀਗੀ। ਕੁਛ ਨਹੀਂ ਸਾਡੇ ਕੋਲ ਬੱਚਿਆ ਬਈ ਹੈਗਾ। ਦੂਜੇ ਪਾਸੇ ਮਾਨਸਾ ਦੇ SSP ਡਾਕਟਰ ਨਰਿੰਦਰ ਭਾਰਗਵ ਨੇ ਦੱਸਿਆ ਕਿ ਨੌਜਵਾਨ ਨੇ ਨਸ਼ੇ ਦੀ ਤੰਗੀ ਕਾਰਨ ਆਤਮ ਹੱਤਿਆ ਕੀਤੀ ਆ, ਜਿਸ ਉੱਤੇ ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤਾ। ਉਹਨਾਂ ਨੇ ਕਿਹਾ ਕਿ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਛਡਵਾਉਣ ਲਈ ਨਸ਼ਾ ਛਡਾਓ ਕੇਂਦਰਾਂ ਵਿੱਚ ਭਰਤੀ ਕਰਵਾਇਆ ਜਾਵੇਗਾ ਤਾਂ ਜੋ ਉਹ ਆਪਣੀਆਂ ਜਾਨਾਂ ਤੋਂ ਹੱਥ ਨਾ ਧੋਣ। ਇੱਕ ਅਮਨਦੀਪ ਸਿੰਘ ਸਨ ਆਫ ਗੁਰਜੀਤ ਸਿੰਘ ਨਾਮ ਦਾ ਵਿਅਕਤੀ ਜਿਹੜਾ ਪਹਿਲਾਂ ਚੁਨੀਰ ਰਹਿੰਦਾ ਸੀ ਹੁਣ ਖੋਖਰ ਰੋਡ 'ਤੇ ਇੱਥੇ ਰਹਿੰਦਾ, ਉਹਦੀ ਪਤਨੀ ਨੇ ਅੱਜ ਸਾਨੂੰ ਰਿਪੋਰਟ ਕੀਤਾ ਹੈ ਕਿ ਉਸਨੇ ਸੁਸਾਈਡ ਕੀਤਾ, ਕਿ ਉਹ ਨਸ਼ਾ ਕਰਨ ਦਾ ਆਦੀ ਸੀ ਬਟ ਹੁਣ ਉਹਨੂੰ ਨਸ਼ਾ ਨਹੀਂ ਮਿਲ ਰਿਹਾ ਸੀ, ਕੁਛ ਨਸ਼ੇ ਦੀ ਜਿਹੜੀ ਹੈ ਕਿੱਲਤ ਸੀਗੀ, ਨਸ਼ਾ ਮਿਲਣ 'ਚ ਦਿੱਕਤ ਆ ਰਹੀ ਸੀ, ਕੁਛ ਪੈਸਿਆਂ ਦੀ ਕਿੱਲਤ ਸੀਗੀ, ਉਹਦੇ ਕਰਕੇ ਉਹਨੇ ਉਹਦੀ ਕਮੀ 'ਚ ਇਹ ਸੁਸਾਈਡ ਕੀਤਾ। ਪੁਲਿਸ ਆਪਣੀ ਕਾਰਵਾਈ ਅਮਲ 'ਚ ਲਿਆ ਰਹੀ ਹੈ, 174 ਦੀ IPC ਦੇ ਤਹਿਤ ਕਾਰਵਾਈ ਕੀਤੀ ਗਈ ਹੈ, ਉਸ ਤੋਂ ਬਾਅਦ ਜੇ ਜਿਹੋ ਜਿਹੇ ਹਾਲਾਤ ਹੋਣਗੇ ਉਹਦੇ ਮੁਤਾਬਕ ਕਾਰਵਾਈ ਅਮਲ 'ਚ ਲੈਣੀ। ਨਸ਼ੇੜੀਆਂ ਨੂੰ ਜਾਂ ਜਿਹੜੇ ਵੀ ਨਸ਼ੇ ਦੇ ਆਦੀ ਨੇ, ਮੈਂ ਇਹ ਕਹਿਣਾ ਚਾਹਾਂਗਾ ਕਿ ਪੰਜਾਬ ਸਰਕਾਰ ਵੱਲੋਂ ਓਟ ਸੈਂਟਰਸ ਖੋਲ੍ਹੇ ਗਏ ਨੇ ਜਿਨ੍ਹਾਂ ਵਿੱਚ ਨਸ਼ਾ ਛੱਡਣ ਲਈ ਸਰਕਾਰ ਨੇ ਬਹੁਤ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਨੇ, ਡਾਕਟਰਸ ਨੇ, ਦਵਾਈਆਂ ਉਪਲਬਧ ਨੇ। ਜੇ ਕੋਈ ਵਿਅਕਤੀ ਇਹ ਸਮਝਦਾ ਹੋਵੇ ਕਿ ਉਹ ਮਾਨਸਿਕ ਤੌਰ 'ਤੇ ਇਸ ਗੱਲ ਲਈ ਬਹੁਤ ਮਜਬੂਰ ਹੋ ਗਿਆ ਹੈ ਕਿ ਉਹ ਤੋਂ ਨਸ਼ੇ ਤੋਂ ਬਿਨਾਂ ਨਹੀਂ ਸਰ ਰਿਹਾ, ਤਾਂ ਉਹ ਓਟ ਸੈਂਟਰ ਵਿੱਚ ਜਾਵੇ, ਓਟ ਸੈਂਟਰ ਵਾਲੇ ਉਹਦਾ ਇਲਾਜ ਕਰਨਗੇ। ਸਾਡੇ ਪੁਲਿਸ ਮਹਿਕਮੇ ਦੇ ਮੁਲਾਜ਼ਮ, ਸਰਕਾਰੀ ਮੁਲਾਜ਼ਮ, ਕੁਛ ਬਡੀਜ਼ ਬਣੇ ਨੇ, ਸਾਰੇ ਲੋਕ ਇਸ ਤਲਾਸ਼ 'ਚ ਲੋਕਾਂ ਦੇ ਨਾਲ ਕਾਉਂਸਲਿੰਗ ਵੀ ਕਰ ਰਹੇ ਨੇ, ਅਸੀਂ ਸੈਮੀਨਾਰ ਵੀ ਕਰ ਰਹੇ ਹਾਂ। ਸੋ ਜੇ ਕਿਸੇ ਵੀ ਵਿਅਕਤੀ ਦਾ ਆਪਣਾ ਜਾਂ ਉਹਦੇ ਕਿਸੇ ਰਿਸ਼ਤੇਦਾਰ ਦਾ ਜਾਂ ਦੋਸਤ ਦਾ ਇਹੋ ਜਿਹੀ ਸਿਚੁਏਸ਼ਨ ਹੋਵੇ ਤਾਂ ਉਹਨਾਂ ਨੂੰ ਫੌਰੀ ਤੌਰ 'ਤੇ ਓਟ ਸੈਂਟਰ ਦੇ ਵਿੱਚ ਲਿਜਾਣਾ ਚਾਹੀਦਾ, ਡੀ ਐਡਿਕਸ਼ਨ ਸੈਂਟਰ 'ਚ ਲਿਜਾਣਾ ਚਾਹੀਦਾ। ਸਰਕਾਰ ਵੱਲੋਂ ਰੀਹੈਬਲੀਟੇਸ਼ਨ ਸੈਂਟਰ ਵੀ ਖੋਲ੍ਹਿਆ ਗਿਆ,
ਉੱਥੇ ਵੀ ਲਿਜਾਇਆ ਜਾ ਸਕਦਾ। ਨਸ਼ੇ ਦੇ ਦਲਦਲ ਵਿੱਚ ਨੌਜਵਾਨ ਫਸਦੇ ਹੀ ਜਾ ਰਹੇ ਨੇ, ਪਰ ਸਰਕਾਰਾਂ ਨਸ਼ਾ ਖਤਮ ਕਰਨ ਦੀਆਂ ਸਹੁੰਾਂ ਖਾ ਕੇ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਇਹ ਨਸ਼ਾ ਕਿੱਥੋਂ ਅਤੇ ਕਿਵੇਂ ਆਉਂਦਾ ਬਜਾਏ ਇਸ ਦੀ ਜੜ ਤੱਕ ਜਾਣਦੇ। ਪਤਾ ਨਹੀਂ ਕਿੰਨੀ ਦੇਰ ਤੱਕ ਨਸ਼ੇ ਦੇ ਇਸ ਕੋਹੜ ਕਾਰਨ ਮਾਵਾਂ ਦੇ ਜਵਾਨ ਪੁੱਤ ਮਰਦੇ ਰਹਿਣਗੇ। ਸਪੋਕਸਮੈਨ ਟੀਵੀ ਲਈ ਮਾਨਸਾ ਤੋਂ ਸੁਮਿਤ ਸੇਠੀ ਦੀ ਰਿਪੋਰਟ।